ਜਲੰਧਰ 'ਚ ਚੋਰਾਂ ਨੇ ਦਫ਼ਤਰ ਦੇ ਸ਼ੀਸ਼ੇ ਤੋੜ ਕੇ ਵਰਕਸ਼ਾਪ 'ਚੋਂ ਕਰੀਬ 2.5 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ। ਪੀੜਿਤ ਨੇ ਦੱਸਿਆ ਕਿ ਅੱਜ ਸਵੇਰੇ ਉਸਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੇ ਦਫ਼ਤਰ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ। ਜਿਸ ਤੋਂ ਬਾਅਦ ਉਸਨੇ ਆ ਕੇ ਦੇਖਿਆ ਤਾਂ ਚੋਰ ਦਫ਼ਤਰ ਦੇ ਰਾਸਤੇ ਵਰਕਸ਼ਾਪ ਵੱਲ ਗਏ ਸਨ। ਉਹਨਾਂ ਨੇ ਤਾਰਾਂ, ਕਟਰ ਆਦਿ ਸਮਾਨ ਚੋਰੀ ਕਰ ਲਿਆ ਹੈ ਅਤੇ ਉਸਦੀ ਐਕਟਿਵਾ ਵੀ ਲੈ ਗਏ, ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਚੋਰੀ ਦਾ ਜੀ, ਮੈਂ ਕੁੰਦੀ ਸਟੀਲ ਇੰਡਸਟਰੀ ਦਾ ਓਨਰ ਸਤਵਿੰਦਰ ਸਿੰਘ। ਮੈਨੂੰ ਸਵੇਰੇ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡਾ ਸ਼ਟਰ ਟੁੱਟਾ ਹੋਇਆ, ਸ਼ੀਸ਼ਾ ਤੋੜ ਕੇ ਕੋਈ ਅੰਦਰ ਵੜਿਆ ਤੇ ਪਿੱਛੋਂ ਫੈਕਟਰੀ ਦਾ ਸ਼ਟਰ ਵੀ ਟੁੱਟਾ ਹੋਇਆ। ਚੋਰ ਆਏ ਆ, ਉਹ ਆਫਿਸ ਦਾ ਸ਼ਟਰ ਤੋੜ ਕੇ ਸ਼ੀਸ਼ੇ 'ਚੋਂ ਐਂਟਰ ਹੋਏ, ਪਿੱਛੇ ਵਰਕਸ਼ਾਪ ਗਏ। ਉਹਦੇ ਵਿੱਚ ਜਿੰਨੀਆਂ ਮੇਰੀਆਂ ਵੈਲਡਿੰਗ ਮਸ਼ੀਨਾਂ ਸੀਗੀਆਂ, ਡਰਿਲ ਮਸ਼ੀਨਾਂ, ਵੈਲਡਿੰਗ ਸੈੱਟ, ਵਾਇਰਾਂ, ਸਭ ਕੁਝ ਉਠਾ ਕੇ ਲੈ ਗਏ। ਇੱਕ ਐਕਟਿਵਾ ਸਕੂਟਰ ਲੈ ਗਏ ਅੰਦਰੋਂ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਇਹ ਤਕਰੀਬਨ 2-2.5 ਲੱਖ ਦੇ ਵਿੱਚ। ਪੁਲਿਸ ਨੂੰ ਕਿੰਨੇ ਵਜੇ ਤੁਸੀਂ ਕੰਪਲੇਂਟ ਕੀਤੀ ਹੈ? ਅਸੀਂ ਪੁਲਿਸ ਨੂੰ 7:15 ਵਜੇ ਕੰਪਲੇਂਟ ਕੀਤੀ। 7 ਵਜੇ ਮੈਂ ਇੱਥੇ ਪਹੁੰਚਿਆ, ਕੰਟਰੋਲ ਰੂਮ 'ਤੇ ਮੈਂ ਫੋਨ ਕੀਤਾ ਸੀ ਤਾਂ ਉਹਨਾਂ ਨੇ 2 ਨੰਬਰ ਡਿਵੀਜ਼ਨ ਤੋਂ ਸਾਨੂੰ ਇੱਥੇ ਬੰਦੇ ਭੇਜੇ ਸੀ। ਕੰਪਲੇਂਟ ਆਈ ਸੀ ਕਿ ਉੱਥੇ ਵਰਕਸ਼ਾਪ ਹੈਗੀ ਸਤਵਿੰਦਰ ਸਿੰਘ ਉਹਨਾਂ ਦੀ, ਉੱਥੇ ਪੁਰਾਣੀ ਸਬਜ਼ੀ ਮੰਡੀ ਦੇ ਲਾਗੇ। ਉੱਥੇ ਰਾਤ ਨੂੰ ਇਹਨਾਂ ਦਾ ਵਰਕਸ਼ਾਪ ਗੇਟ ਗ੍ਰਿੱਲਾਂ ਵਗੈਰਾ ਬਣਾਉਂਦੇ ਆ, ਅਤੇ ਉਹ ਜਿਹੜਾ ਸਮਾਨ ਇੱਥੇ ਐਕਟਿਵਾ ਸਕੂਟਰ ਖੜਾ ਸੀ ਅਤੇ ਬਾਕੀ ਇਹਨਾਂ ਦਾ ਜੋ ਸਮਾਨ ਬਣਾਉਂਦੇ ਯਾਰ ਸੀਗੇ ਵਗੈਰਾ, ਜਿਹੜੇ ਉਹ ਰਾਤ ਨੂੰ ਕੋਈ ਨਾਮ ਨਹੀਂ ਦਿੱਤੇ। ਬਾਕੀ ਆਪਾਂ ਜੋ ਬਣਦੀ ਕਾਰਵਾਈ ਕਰ ਰਹੇ ਅਤੇ ਸ਼ੱਕੀ ਪੁਰਸ਼ਾਂ ਨੂੰ ਪੁੱਛਗਿੱਛ ਕਰਕੇ ਇਹਨੂੰ ਟਰੇਸ ਕਰਨ ਦੀ ਕੋਸ਼ਿਸ਼। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।